ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਕਿਸਾਨ ਲੀਡਰ ਵੀ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਪ੍ਰੇਮ ਸਿੰਘ ਪੰਗੂ ਜੀ ਗੱਲਬਾਤ ਕਰਦੇ ਆਪਾਂ ਪੰਗੂ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਮਿਹਰਬਾਨੀ ਜੀ ਪੰਗੂ ਸਾਹਿਬ ਕਿਸ ਤਰ੍ਹਾਂ ਅੱਜ ਦਾ ਜਿਹੜਾ ਪ੍ਰੋਗਰਾਮ ਆ ਸ਼ਾਂਤ ਮਰੀ ਢੰਗ ਦੇ ਨਾਲ ਕੀਤਾ ਜਾਊਗਾ ਕੀ ਸਾਰਾ ਪ੍ਰੋਗਰਾਮ ਆ ਦੇਖੋ ਜੀ ਅੱਜ ਦਾ ਪ੍ਰੋਗਰਾਮ ਬਹੁਤ ਵੱਡਾ ਪ੍ਰੋਗਰਾਮ ਹੈ ਬਹੁਤ ਵੱਡਾ ਉਤਸ਼ਾਹ ਤੇ ਰਿਸਪੌਂਸ ਹੈ ਪੰਜਾਬ ਦੇ ਵਿੱਚ ਵੱਡੀ ਗਿਣਤੀ ਚ ਲੋਕ ਮੈਸੇਜ ਆ ਰਹੇ ਵੀ ਅਮਰਸਰ ਤੋਂ ਫਰੋਜਪੁਰ ਤੋਂ ਬਕੀਆਂ ਥਾਵਾਂ ਤੋਂ ਚੱਲ ਚੁੱਕੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਸ ਨੂੰ ਕਹਿੰਦੇ ਅਕਾਉਂਟਲੈਸ ਇੰਨਾ ਵੱਡਾ ਇਕੱਠ ਹੋਣ ਵਾਲਾ ਔਰ ਇਹ ਟੋਟਲ ਪੀਸਫੁੱਲ ਇਕੱਠ ਹੋਏਗਾ ਸਾਡਾ ਫੈਸਲਾ ਇਹ ਹੈ ਕਿ 12:30 1 ਵਜੇ ਦੇ ਕਰੀਬ ਜੀ ਅਸੀਂ ਇੱਥੋਂ ਮਾਰਚ ਕਰਨਾ ਹੈ ਟੂ ਰਾਜ ਭਵਨ ਉਹਦੇ ਅੱਗੇ 32 ਜਥੇਬੰਦੀਆਂ ਦੇ ਸਾਰੇ ਕਿਸਾਨਾਂ ਆ ਗੂ ਪਹਿਲਾਂ ਮੁਰੇ ਲੱਗਣਗੇ ਤੇ ਫਿਰ ਉਹ ਮਾਰਚ ਰਾਜਪਤਵਲ ਜਾਏਗਾ ਅਸੀਂ ਕੱਲ ਪੁਲਿਸ ਐਡਮਿਨਿਸਟ੍ਰੇਸ਼ਨ ਨਾਲ ਮੀਟਿੰਗ ਹੋਈ ਹੈ ਉਹਨਾਂ ਨੂੰ ਸਪਸ਼ਟ ਗੱਲ ਕਹੀ ਹੈ ਕਿ ਤੁਸੀਂ ਕਿਤੇ ਕੋਈ ਰੁਕਾਵਟ ਨਾ ਪਾਣਾ ਕੋਈ ਰੋਕਣਾ ਨਾ ਲਾਣਾ ਕਿਉਂਕਿ ਪੰਜਾਬ ਦੇ ਲੋਕ ਹਮੇਸ਼ਾ ਉਹਨਾਂ 'ਚ ਗੁੱਸਾ ਹੈ ਵੀ ਸਾਡੀ ਰਾਜਧਾਨੀ ਹੈ ਸਾਡੀ ਰਾਜਧਾਨੀ ਸਾਨੂੰ ਬੜਨ ਨਹੀਂ ਦਿੰਦੇ ਵੀ ਇਸ ਲਈ ਪੰਜਾਬ ਦੇ ਲੋਕ ਆਪਣੀ ਰਾਜਧਾਨੀ ਚਾਉਣਾ ਚਾਣਗੇ ਤਾਂ ਸਾਡਾ ਪ੍ਰੋਸੈਸ਼ਨ ਜਿਹੜਾ ਰਾਜ ਭਵਨ ਤੱਕ ਜਾਣਾ ਹੈ ਪੀਸਫੁੱਲ ਹੋਏਗਾ ਤੇ ਇੱਕ ਜਿਹੜਾ ਅਸੀਂ ਰੋਸ ਪੱਤਰ ਬਣਾਇਆ ਉਹ ਰੋਸ ਪੱਤਰ ਰਾਸ਼ਟਰਪਤੀ ਨੂੰ ਜਾਣਾ ਹੈ ਥਰੂ ਗਵਰਨਰ ਉਹਦੇ ਮੁੱਦਾ ਬੜਾ ਸਪਸ਼ਟ ਰੱਖਿਆ ਵੀ ਖੇਤੀ ਬਚਾਓ ਔਰ ਲੋਕਤੰਤਰ ਬਚਾਓ। ਹੂੰ ਕਿਉਂਕਿ ਜਿਹੜਾ ਮਹੱਤਤਾ ਇਸ ਦਿਹਾੜੇ ਦੀ ਇਹ ਆ ਜ 26 ਹੈ। ਜੀ ਅੱਜ ਦੇ ਦਿਨ ਅਮਰਜੈਂਸੀ ਲੱਗੀ ਸੀ ਨੂੰ 75 ਦੇ ਵਿੱਚ ਹੂੰ ਸਾਰੇ ਦੇਸ਼ ਦੇ ਲੋਕਾਂ ਦੇ ਜਮਹੂਰੀ ਹੱਕ, ਸ਼ਹਿਰੀ ਆਜ਼ਾਦੀਆਂ ਸਾਰੇ ਪ੍ਰੋਟੈਸਟ ਕਰਨ ਦੇ ਅਧਿਕਾਰ, ਪ੍ਰੈਸ ਦੀ ਆਜ਼ਾਦੀ ਸਾਰੀ ਖੋਲੀ ਸੀ। ਹੂੰ ਈਵਨ ਸੰਵਿਧਾਨ ਦੇ ਜਿਹੜੇ ਮੌਲਿਕ ਅਧਿਕਾਰ ਨੇ ਫੰਡਾਮੈਂਟਲ ਰਾਈਟ ਉਹ ਵੀ ਸਸਪੈਂਡ ਹੋ ਗਏ ਸੀ। ਸੋ ਅੱਜ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਖੇਤੀ ਕਾਨੂੰਨ ਤਾਂ ਸਰਕਾਰ ਨੇ ਠੋਸ ਹੀ ਹੈ ਜਿਹੜਾ ਬਿਲਕੁਲ ਐਂਟੀ ਫਾਰਮ ਨੇ ਪ੍ਰੋ ਕਾਰਪੋਰੇਟ ਨੇ ਔਰ ਦੇਸ਼ ਦੇ ਸੰਵਿਧਾਨ ਔਰ ਜਮਹੂਰੀਅਤ ਤੇ ਬਹੁਤ ਵੱਡਾ ਹਮਲਾ ਹੈ ਇੱਕ ਤਰ੍ਹਾਂ ਦੇਸ਼ ਦੇ ਵਿੱਚ ਇੱਕ ਉਹ ਵੀ ਅਨ ਡਿਕਲੇਰਡ ਐਮਰਜੈਂਸੀ ਹੈ ਅਸੀਂ ਉਹਦੀ ਮੰਗ ਕਰ ਰਹੇ ਹਾਂ ਵੀ ਲੋਕਾਂ ਦੇ ਹੱਕ ਉਕੂ ਬਹਾਲ ਹੋਣ ਲੋਕਾਂ ਨੂੰ ਪ੍ਰੋਟੈਸਟ ਕਰਨ ਦਾ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਇਹੀ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਵੀ ਦੇਖੋ ਪਿੱਛੇ ਨਤਾਸ਼ਾ ਵਾਲ ਕੇਸ ਚ ਸਪਰੀਮ ਕੋਰਟ ਨੇ ਹਾਈ ਕੋਰਟ ਨੇ ਉਸ ਤੋਂ ਪਹਿਲਾਂ ਦਸ਼ਾ ਰਵੀ ਵਾਲੇ ਕੇਸ ਚ ਇਹਨੂੰ ਬਹੁਤ ਕੇਸਾਂ ਦੇ ਵਿੱਚ ਇਹ ਗੱਲ ਕਹੀ ਹੈ ਵੀ ਜਦੋਂ ਸ਼ਾਂਤਮਈ ਪ੍ਰੋਟੈਸਟ ਹੁੰਦੇ ਨੇ ਤਾਂ ਉਹਨਾਂ 'ਚ ਕੋਈ ਰੁਕਾਵਟ ਨਾ ਪਾਈ ਜਾਵੇ ਜੇ ਕਰਨਗੇ ਤਾਂ ਪ੍ਰੋਵੋਕੇਸ਼ਨਸ ਘਰ ਵਾਲੇ ਪਾਸੇ ਹੋਏਗੀ ਪਰ ਸਾਡਾ ਇਹ ਹੈ ਵੀ ਟੋਟਲੀ ਪੀਸਫੁਲ ਪ੍ਰੋਟੈਸਟ ਹੈ ਕੋਈ ਹਿੰਸਕ ਕਾਰਵਾਈ ਸਾਡੇ ਵੱਲੋਂ ਬਿਲਕੁਲ ਨਹੀਂ ਨਾ ਕੋਈ ਇਸ ਤਰ੍ਹਾਂ ਕਰਨ ਦੀ ਹੋਏਗੀ ਪਰ ਬਸ਼ਰਤੇ ਕਿ ਸਰਕਾਰ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਕੋਈ ਇਸ ਨੂੰ ਪ੍ਰਵੋਕ ਨਾ ਕੀਤਾ ਜਾਵੇ ਬਹੁਤ ਵੱਡਾ ਹੱਥਾਸ਼ਾ ਹੈ ਅਸੀਂ ਮੰਗ ਕਰ ਰਹੇ ਹਾਂ ਵਜ਼ੀਰ ਰਾਸ਼ਟਰਪਤੀ ਤੋਂ ਕਿ ਤਿੰਨੇ ਜਿਹੜੇ ਖੇਤੀ ਕਾਨੂੰਨ ਕਾਲੇ ਨੇ ਉਹ ਮੋਦੀ ਸਰਕਾਰ ਨੂੰ ਹੁਕਮ ਕਰੇ ਡਾਇਰੈਕਟ ਕਰੇ ਜੋ ਅਸੀਂ ਰਿਪਰੈਜੈਂਟੇਸ਼ਨ ਬਣਾਈ ਹੈ ਉਹਦੇ ਵੀ ਸਾਡੀ ਮੰਗ ਹੈ ਕਿ ਮੋਦੀ ਸਰਕਾਰ ਨੂੰ ਡਾਇਰੈਕਟ ਕਰੇ ਭਾਵੇਂ ਜਿਹੜਾ ਰਾਸ਼ਟਰਪਤੀ ਹੈ ਉਹਨੂੰ ਐਡਾ ਅਧਿਕਾਰ ਤਾਂ ਨਹੀਂ ਕਿਉਂਕਿ ਉਹ ਇੱਕ ਰਬਰ ਸਟੈਂਪ ਹੈ ਜੀ ਮਤਲਬ ਉਹਨਾਂ ਦਾ ਐਕ ਕਰਨਾ ਹੁੰਦਾ ਐਜੈਂਡਾ ਬਾਈ ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰਸ ਪਰ ਫਿਰ ਵੀ ਰਾਸ਼ਟਰਪਤੀ ਕਨਸਟੀਟਿਊਸ਼ਨਲ ਹੈੱਡ ਹੈ ਉਹ ਡਾਇਰੈਕਟ ਕਰ ਸਕਦਾ ਹੈ ਗਵਰਨਮੈਂਟ ਨੂੰ ਵੀ ਕਿਸਾਨ 7 ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਦੇ ਉੱਪਰ ਜਿਹੜੇ ਪਏ ਆ 550 ਕਿਸਾਨ ਸ਼ਹੀਦ ਹੋ ਚੁੱਕੇ ਆ ਸਰਕਾਰ ਕੋਈ ਗੱਲ ਸੁਣਦੀ ਨਹੀਂ ਤਿੰਨੇ ਖੇਤੀ ਕਾਨੂੰਨ ਉਹ ਰੱਦ ਹੋਣ ਐਮਐਸਪੀ ਤੇ ਜਿਹੜਾ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਇਹ ਅਸੀਂ ਅੱਜ ਮੰਗ ਕਰ ਰਹੇ ਆ ਪਰਾਲੀ ਦਾ ਜਿਹੜਾ ਉਹ ਵੀ ਰੱਦ ਕੀਤਾ ਜਾਵੇ ਬਿਜਲੀ ਸੋਧ ਬਿੱਲ ਜਿਹਦੇ ਵਿੱਚ ਸਬਸਿਡੀ ਵਗੈਰਾ ਜਿਹੜੀ ਸਾਡੀ ਵਾਪਸ ਲੈ ਰਹੇ ਆ ਉਹ ਵੀ ਕੀਤਾ ਜਾਵੇ ਇਹ ਅਸੀਂ ਰਾਸ਼ਟਰਪਤੀ ਨੂੰ ਥਰੂ ਗਵਰਨਰ ਆ ਇਕੱਲਾ ਪੰਜਾਬ ਚ ਨਹੀਂ ਹਰਿਆਣਾ ਵਾਲੇ ਸਾਥੀ 나ਡੇ ਤੋਂ ਮਾਰਚ ਕਰ ਰਹੇ ਆ ਪਰੋਂ ਤੋਂ ਕਿਉਂਕਿ ਉਹ ਹਰਿਆਣਾ ਦੇ ਗਵਰਨਰ ਨੂੰ ਦੇਣਗੇ ਅਸੀਂ ਇੱਥੋਂ ਮਾਰਚ ਕਰਾਂਗੇ ਸਾਰੇ ਦੇਸ਼ ਦੇ ਵਿੱਚ ਲਗਭਗ ਕੋਈ ਐਸੀ ਕੈਪੀਟਲ ਰਾਜਧਾਨੀ ਨਹੀਂ ਹੋਵੇਗੀ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਮਾਰਚ ਕਰਕੇ ਇਹ ਰਿਪਰੈਜੈਂਟੇਸ਼ਨ ਇਹ ਰੋਸ ਪੱਤਰ ਮੈਮੋਰੈਂਡਮ ਗਵਰਨਰ ਨੂੰ ਨਹੀਂ ਦੇਣਗੇ ਅੱਜ ਦਾ ਜੀ ਪੰਗੂ ਸਾਹਿਬ ਜਿਹੜਾ ਆ ਤੁਸੀਂ ਕਿਹਾ ਕਿ ਸ਼ਾਂਤੀ ਮਈ ਢੰਗ ਦੇ ਨਾਲ ਰਹੂਗਾ ਪ੍ਰਦਰਸ਼ਨ ਕਿਉਂਕਿ ਪਹਿਲਾਂ ਵੀ ਜਿਹੜੇ ਪ੍ਰੋਗਰਾਮ ਉਹ ਲਿਖੇ ਗਏ ਨੇ ਸ਼ਾਂਤ ਮਈ ਢੰਗ ਦੇ ਨਾਲ ਹੀ ਭਾਵੇਂ 26 ਤੋਂ ਬਾਅਦ ਜਿਹੜੇ 26 ਨੂੰ ਚਲੋ ਘਟਨਾ ਹੋਈ ਸੀ ਵੱਖਰੀ ਗੱਲ ਆ ਉਸ ਤੋਂ ਬਾਅਦ ਸ਼ਾਂਤੀ ਮਈ ਢੰਗ ਦੇ ਨਾਲ ਪਰ ਜੇਕਰ ਕੋਈ ਤੁਹਾਨੂੰ ਉੱਥੇ ਰੋਕਿਆ ਜਾਂਦਾ ਰਸਤੇ ਦੇ ਵਿੱਚ ਅੱਗੇ ਨਹੀਂ ਵਧਣ ਦਿੱਤਾ ਜਾਂਦਾ ਤਾਂ ਉਹ ਰਣਨੀਤੀ ਪਹਿਲਾਂ ਤੋਂ ਤ ਦੇਖੋ ਇਸ ਤਰ੍ਹਾਂ ਹੈ ਵੀ ਅਸੀਂ ਕੱਲ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਜੀ ਮੁਹਾਲੀ ਦਾ ਜਿਹੜੇ ਐਸਐਸਪੀ ਤੇ ਉਹਨਾਂ ਦੀ ਸਾਰੀ ਟੀਮ ਚੰਡੀਗੜ੍ਹ ਦੇ ਐਸਐਸਪੀ ਉਹਨਾਂ ਨਾਲ ਪੰਜ ਮੈਂਬਰੀ ਕਮੇਟੀ ਦੀ ਜੀ ਉਹਦੇ ਵਿੱਚ ਅਸੀਂ ਉਹਨਾਂ ਨੂੰ ਕੈਟੇਗੋਰਿਕਲੀ ਕਹਿ ਦਿੱਤਾ ਸੀ ਇਹ ਜੀ ਵੀ ਅਸੀਂ ਰਾਜ ਭਵਨ ਜਾਣਾ ਹੈ ਪੀਸਫੁੱਲ ਮਾਰਚ ਹੋਏਗਾ ਤੁਸੀਂ ਰੋਕਾਂ ਕਿਤੇ ਨਾ ਲਾਣਾ ਹੂੰ ਕਿਤੇ ਨਾ ਲਾਣਾ ਇਹ ਵੀ ਨਾ ਸਮਝਣਾ ਵੀ ਇਹ ਕਿਤੇ ਪਿੱਛੇ ਹੀ ਰੁਕ ਜਾਣਗੇ ਆ ਉਹ ਦੇਣਗੇ ਅਜਿਹਾ ਕੁਝ ਨਹੀਂ ਹੈ ਵਾਇਲੈਂਸ ਸਾਡੇ ਵੱਲੋਂ ਨਹੀਂ ਹੋਏਗੀ ਜੇ ਤੁਸੀਂ ਪ੍ਰੋਵੋਕ ਕਰੋਗੇ ਸਿਚੁਏਸ਼ਨ ਤਾਂ ਜ਼ਿੰਮੇਵਾਰੀ ਤੁਹਾਡੀ ਹੋਏਗੀ ਸੋ ਮੈਂ ਸਾਡਾ ਪ੍ਰੋਗਰਾਮ ਹੈ ਜਿਹੜਾ ਪੀਸਫੁਲ ਰਹੇਗਾ 32 ਜਥੇਬੰਦੇ ਦੇ ਕਿਸਾਨਾਂ ਗੋਗੇ ਲੰਗਣਗੇ ਮਾਰਚ ਤੋਂ ਸ਼ੁਰੂ ਹੋਇਆ ਤੁਸੀਂ ਦੇਖਣਾ ਮਾਰਚ ਜਾਊਗਾ ਜੇ ਰੋਕਾਂ ਲਾਣਗੇ ਕਿਤੇ ਤਾਂ ਉਸ ਟਾਈਮ ਉੱਥੇ ਹੀ ਫੈਸਲਾ ਕਰਾਂਗੇ ਪਰ ਸਾਡਾ ਪ੍ਰੋਗਰਾਮ ਇਹ ਹੈ ਵੀ ਅਸੀਂ ਮਾਰਚ ਯੂਟੀ ਦੇ ਵਿੱਚ ਅੱਗੇ ਤੱਕ ਕਰੀਏ ਔਰ ਇਹ ਜਿਹੜਾ ਪੀਸਫੁਲ ਰਹੇ ਵਾਇਲੈਂਸ ਇਸ ਦੇ ਵਿੱਚ ਨਾ ਹੋਵੇ ਇਹ ਕੋਸ਼ਿਸ਼ ਕੀਤੀ ਜਾਏਗੀ ਪਰ ਮਰਜ਼ਾ ਵਸ਼ ਹੋਏਗਾ। ਕੋਈ ਕੋਈ ਸਿਆਸਤਦਾਨ ਵੀ ਇਸ ਦੇ ਵਿੱਚ ਸ਼ਾਮਲ ਹੋ ਰਹੇ ਨੇ? ਨਹੀਂ। ਇਹ ਟੋਟਲ ਕਿਸਾਨਾਂ ਦਾ ਹੈ। ਕਿਸਾਨ ਜਥੇਬੰਦੇ ਦਾ। ਜੇ ਚਾਹੁੰਦਾ ਹੋਵੇ ਸਿਆਸਤਦਾਨ ਇਸ ਦੇ ਵਿੱਚ ਸ਼ਾਮਲ ਇਸ ਸੰਘਰਸ਼ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਤੁਹਾਡੇ ਫਿਰ? ਨਹੀਂ ਇਸ ਤਰ੍ਹਾਂ ਨਹੀਂ। ਕਿਉਂਕਿ ਸ਼ੁਰੂ ਤੋਂ ਜਦੋਂ ਤੋਂ ਪੰਜਾਬ ਦੇ ਵਿੱਚ ਅੰਦੋਲਨ ਚੱਲਿਆ ਹੈ ਇਹਦੇ ਵਿੱਚ ਕੋਈ ਪੋਲੀਟੀਕਲ ਪਾਰਟੀ ਕੋਈ ਪੋਲੀਟੀਕਲ ਲੀਡਰ ਡਾਇਰੈਕਟ ਸ਼ਾਮਲ ਨਹੀਂ ਹੋਇਆ ਨਾ ਸਾਡੇ ਸਟੇਜ ਤੇ ਆਇਆ ਤੇ ਨਾਲ ਅਸੀਂ ਬੁਲਣ ਨਹੀਂ ਦਿੱਤਾ। ਕਿਉਂਕਿ ਇਸ ਨੂੰ ਅਸੀਂ ਕਿਸਾਨ ਅੰਦੋਲਨ ਰੱਖ ਰਹੇ ਹਾਂ ਇਸ ਨੂੰ ਪੋਲੀਟੀਕਲ ਬਣਾ ਨਹੀਂ ਰਹੇ। ਤੇ ਅੱਜ ਵੀ ਇਹੀ ਹੈ ਕੋਈ ਪਿੱਛੇ ਰਹਿ ਕੇ ਹਮਾਇਤ ਕਰਨਾ ਚਾਹੁੰਦਾ ਬੰਦੇ ਆਉਂਦੇ ਤਾਂ ਵੈਲਕਮ ਹੈ ਉਹ ਪਰ ਸਾਡੇ ਨਾਲ ਸਟੇਜ ਸੰਜੀ ਕਰਨੀ ਜਾਂ ਸਾਡੇ ਨਾਲ ਮੂਰੇ ਮਾਰਚ ਕਰਨਾ ਜਾਂ ਗਵਰਨਰਟ ਕੋਲ ਜਾਣਾ ਉਹ ਨਹੀਂ ਅਲਾਉਡ ਹੈ ਉਹ ਕੋਈ ਨਹੀਂ ਹੋਏਗਾ ਇਹ ਨਰੋਲ ਕਿਸਾਨ ਹੋਣਗੇ ਤੁੰਗ ਸਾਹਿਬ ਜਿਹੜੇ ਹਰਿਆਣਾ ਦੇ ਵਿੱਚ ਵੀ ਕਿਸਾਨਾਂ ਦੇ ਉੱਤੇ ਪਰਚੇ ਕੀਤੇ ਗਏ ਨੇ ਬਾਕੀ ਜਿਹੜੇ ਬਾਰਡਰ ਦੇ ਉੱਤੇ ਵੀ ਰੋਜ਼ ਨਾ ਰੋਜ਼ ਕੋਈ ਨਾ ਕੋਈ ਅਜੀਹੀ ਘਟਨਾ ਦੇਖਣ ਨੂੰ ਮਿਲਦੀ ਆ ਜਿਵੇਂ ਇੱਥੇ ਕੋਈ ਅਜੀਹੀ ਘਟਨਾ ਨਾ ਦੇਖਣ ਨੂੰ ਮਿਲੇ ਕਿਸ ਤਰ੍ਹਾਂ ਕੋਈ ਵਲੰਟੀਅਰਾਂ ਦੀ ਟੀਮ ਕੋਈ ਤਿਆਰ ਕੀਤੀ ਆ ਤਾਂ ਕਿ ਕੋਈ ਸਾਜ਼ਿਸ਼ ਕਰਤਾ ਕੋਈ ਇਸ ਨੂੰ ਵਿਚਾ ਕੇ ਸਾਜ਼ਿਸ਼ ਨਾ ਕਰ ਸਕੇ ਬਿਲਕੁਲ ਅਸੀਂ ਕਾਫੀ ਵਿਜੀਲੈਂਟ ਹਾਂ ਉਸ ਤੋਂ ਕਿਉਂਕਿ ਕੱਲ੍ਹ ਦੀਆਂ ਕੁਝ ਰਿਪੋਰਟਸ ਇਸ ਤਰ੍ਹਾਂ ਆ ਰਹੀਆਂ ਸੀ ਵੀ ਕੁਝ ਐਂਟੀ-ਸੋਸ਼ਲ ਐਲੀਮੈਂਟਸ ਹੋ ਸਕਦਾ ਹੈ ਤੇ ਕੋਈ ਖਰਾਬ ਕਰਨ ਜਿਸ ਤਰ੍ਹਾਂ ਇਹ ਨਾਰਮਲੀ ਪ੍ਰੋਟੈਸਟ ਦੇ ਵਿੱਚ ਹੋਇਆ ਵੀ ਕਰਦਾ ਹੈ ਸਰਕਾਰ ਆਪਣੇ ਬੰਦੇ ਭੇਜ ਦਿੰਦੀ ਹੈ ਕੋਈ ਪੁਲਿਸ ਭੇਜ ਦਿੰਦੀ ਹੈ ਉਹਦੇ ਲਈ ਅਸੀਂ ਵੌਲੰਟੀਅਰਜ਼ ਕਾਫੀ ਆਪਣੇ ਬਣਾਏ 200 ਵੌਲੰਟੀਅਰ ਕਾਰਡ ਜਾਰੀ ਕੀਤਾ ਇਹਨਾਂ ਨੂੰ ਜਿਹੜੇ ਸਾਡੇ ਨਾਲ ਮਾਰਚ ਦੇ ਵਿੱਚ ਲੀਡਰਸ਼ਿਪ ਦੇ ਜਿਖਾ ਬੇ ਚੱਲਣਗੇ ਔਰ ਇਹ ਕੋਸ਼ਿਸ਼ ਕਰਾਂਗੇ ਕੋਈ ਵੀ ਮਿਸਕਰੈਂਟ ਜਾਂ ਕੋਈ ਇਨਡਿਸਿਪਲਿਨਡ ਆਦਮੀ ਜਿਹੜਾ ਜਥੇਬੰਦ ਤੋਂ ਬਾਹਰੀ ਹੋ ਕੇ ਉਹ ਮਾਰਚ ਦੀ ਅਗਵਾਈ ਨਗਰੇ ਨਾਲ ਅੱਗੇ ਜਾਵੇ ਉਹਨੂੰ ਮਨਾ ਕਰਾਂਗੇ ਉਹਨੂੰ ਨਹੀਂ ਜਾਣ ਦਵਾਂਗੇ ਇਸ ਲਈ ਕੋਸ਼ਿਸ਼ ਇਹ ਹੈ ਕਿ ਪੂਰਾ ਡਿਸਪਲਿਨ ਰਹੇਗਾ ਸਾਡੀ ਅਗਵਾਈ ਚ ਰਹੇਗਾ ਸਾਡੇ ਵਲੰਟੀਰੀ ਦੇਖਭਾਲ ਕਰਨਗੇ ਤਾਂ ਕਿਸੇ ਕਿਸਮ ਦੇ ਐਸੇ ਸਮਾਜਵਰੋਧੀ ਅੰਸਰ ਨੂੰ ਇਹਦੇ ਵਿੱਚ ਕਿਸੇ ਕਿਸਮ ਦੀ ਹਰਕਤ ਕਰਨ ਦੀ ਇਜਾਜ਼ਤ ਨਹੀਂ ਦਵਾਂਗੇ ਅਸੀਂ ਇੱਕ ਆਮ ਲੋਕਾਂ ਨੂੰ ਕੋਈ ਜਿਹੜੀ ਆ ਪਰੇਸ਼ਾਨੀ ਨਾ ਆਵੇ ਉਸ ਦੇ ਲਈ ਤੁਹਾਨੂੰ ਕੋਈ ਰੂਟ ਮੈਪ ਦਿੱਤਾ ਪਹਿਲਾਂ ਵੀ ਅਸੀਂ ਆਹ ਰਸਤੇ ਨੂੰ ਜਾਣਾ ਆ ਰਸਤਾ ਇੱਕੋ ਹੀ ਆ ਆ ਇੱਥੋਂ ਜਦੋਂ ਆਪਾਂ ਮੁੜਦੇ ਹਾਂ ਨਾ ਵਾਈਪੀਐਸ ਵਾਲਾ ਚੌਕ ਆ ਇਹੀ ਰੋਡ ਸਿੱਧੀ ਰਾਜ ਭਵਨ ਨੂੰ ਜਾਂਦੀ ਹੈ ਅਸੀਂ ਹੋਰ ਸੱਜੇ ਕਿਤੇ ਨਹੀਂ ਮੁੜਨਾ ਹੈ ਇਹ ਹੀ ਦਿੱਤਾ ਹੋਇਆ ਸਾਰਿਆਂ ਨੂੰ ਕਿਉਂਕਿ ਲੋਕ ਤਾਂ ਇੱਥੇ ਹੀ ਆਣਗੇ ਸਾਰੇ ਜੀ ਅਸੀਂ ਇਹ ਨਹੀਂ ਕਿਸੇ ਨੂੰ ਕਿਹਾ ਵੀ ਤੁਸੀਂ ਪਹਿਲਾਂ ਰਾਜ ਭਵਨ ਪਹੁੰਚੋ ਐਸਾ ਕੋਈ ਪ੍ਰੋਗਰਾਮ ਨਹੀਂ ਹੈ ਕਿਉਂਕਿ ਕੁਝ ਜਥੇਬੰਦੀਆਂ ਇਹ ਕਹਿੰਦੀਆਂ ਸਨ ਕਿ ਅਸੀਂ ਸਿੱਧੇ ਪਹੁੰਚ ਜਾਵਾਂਗੇ ਫਿਰ ਉਹ ਫੋਰਸ ਡਿਵਾਈਡ ਵੀ ਹੋ ਜਾਂਦੀ ਹੈ ਸਾਡਾ ਇੰਪੈਕਟ ਵੀ ਨਹੀਂ ਰਹਿੰਦਾ ਸਾਰਿਆਂ ਨੂੰ ਬੇਨਤੀ ਕੀਤੀ ਵੀ ਕੋਈ ਅਲੱਗ ਉੱਥੇ ਨਾ ਜਾਵੇ ਸਾਰੇ ਇੱਥੇ ਆਉਣ ਅਗਵਾਈ ਜਥੇਬੰਦੀ ਦੇ ਲੀਡਰ ਕਰਨ ਤਾਂ ਸਾਰੇ ਇਕੱਠੇ ਮਾਰਚ ਕਰੀਏ ਇੱਕੋ ਹੀ ਰੋਡ ਦੇ ਉੱਪਰ ਤਾਂ ਸਾਰਿਆਂ ਨੂੰ ਹੀ ਬੇਨਤੀ ਕੀਤੀ ਹੈ ਪੰਜਾਬ ਤੋਂ ਵੀ ਥਾਵਾਂ ਤੋਂ ਜਿਹੜੇ ਲੋਕ ਆ ਰਹੇ ਆ ਉਹ ਸਾਰਿਆਂ ਨੇ ਪਹਿਲਾਂ ਇੱਥੇ ਹੀ ਇਕੱਠਾ ਕਰਨਾ ਹੈ ਇਹ 11:30 12:00 ਵਜੇ ਤੱਕ ਇਕੱਠਾ ਹੋ ਜਾਣਾ ਹੈ ਪੂਰਾ ਇਕੱਠਾ ਹੋ ਜਾਂਦਾ ਇੱਥੋਂ ਅਨਾਉਂਸ ਕਰਕੇ ਲੰਗਰ ਪਾਣੀ ਚੱਕ ਕੇ 1 ਵਜੇ ਠੀਕ ਇੱਥੋਂ ਮਾਰਚ ਸ਼ੁਰੂ ਹੋ ਜਾਏਗਾ ਔਰ ਮੈਨੂੰ ਪੂਰੀ ਉਮੀਦ ਹੈ ਮੈਂ ਪ੍ਰਸ਼ਾਸਨ ਤੋਂ ਐਡਮਿਨਿਸਟ੍ਰੇਸ਼ਨ ਤੋਂ ਵੀ ਅਸੀਂ ਪ੍ਰੈਸ 'ਚ ਵੀ ਅਪੀਲ ਕੀਤੀ ਅਜ ਵੀ ਬੇਨਤੀ ਕਰਦੇ ਆ ਕਿ ਉਹ ਇਸ ਨੂੰ ਪੀਸਫੁਲ ਰਹਿਣ ਦੇਣ ਇਸ ਦੇ ਵਿੱਚ ਕਿਸੇ ਕਿਸਮ ਦਾ ਕੋਈ ਵਾਧਾ ਨਾ ਪਾਣ ਕੋਈ ਪ੍ਰੋਵੋਕੇਸ਼ਨ ਨਾ ਕਰਨ ਟੋਟਲ ਪੀਸਫੁਲ ਪ੍ਰੋਗਰਾਮ ਹੈ ਰਾਜਧਾਨੀ ਪੰਜਾਬ ਦੇ ਲੋਕਾਂ ਦੀ ਹੈ ਜੇ ਪੰਜਾਬ ਦੇ ਲੋਕ ਆਪਣੀ ਰਾਜਧਾਨੀ ਜਾ ਨਹੀਂ ਸਕਦੇ ਤਾਂ ਇਸ ਤੋਂ ਵੱਡਾ ਬੇਇਮਸਾਫੀ ਔਰ ਧੱਕਾ ਹੋਰ ਕੋਈ ਨਹੀਂ ਹੋ ਸਕਦਾ ਰਾਜਪਾਲ ਵੀ ਸਾਡਾ ਰਾਜਧਾਨੀ ਵੀ ਸਾਡੀ ਹੈ ਸਾਨੂੰ ਉੱਥੇ ਜਾ ਕੇ ਆਪਣੀ ਜਿਹੜੀ ਫਰਿਆਦ ਹੈ ਆਪਣੀ ਜਿਹੜੀ ਮੰਗਾਂ ਆਪਣਾ ਰੋਸ ਹੈ ਉਸ ਤਵੇ ਪ੍ਰਗਟ ਕਰਨ ਦਾ ਅਧਿਕਾਰ ਦਿੱਤਾ ਜਾਏ ਸਾਡਾ ਜਮਹੂਰੀ ਅਕ ਹੈ ਸੰਵਿਧਾਨਕ ਅਕ ਵੀ ਹੈ ਜੀ 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 ਕੰਗਸਾ ਬਹੁਤ ਧੰਨਵਾਦ ਜੀ ਮਿਹਰਬਾਨ ਸੋ ਬਿਲਕੁਲ ਐਸੀ ਪ੍ਰੇਮ ਸਿੰਘ ਭੰਗੂ ਜੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਸਭ ਨੂੰ ਜਿਹੜਾ ਇੱਕ ਅਧਿਕਾਰ ਆ ਹੱਕ ਆ ਤਾਂ ਜੋ ਆਪਣੀ ਆਵਾਜ਼ ਆ ਜਿਹੜੀ ਉਹ ਅੱਗੇ ਤੱਕ ਪਹੁੰਚਾਈ ਜਾ ਸਕੇ ਇਸ ਦੇ ਤਹਿਤ ਹੀ ਅੱਜ ਜਿਹੜੇ ਕਿਸਾਨ ਅੰਬਸਾਹ ਗੁਰਦੁਆਰਾ ਵਿਖੇ ਇਕੱਠੇ ਹੋ ਕੇ ਪੈਦਲ ਮਾਰਚ ਸ਼ਾਂਤ ਮਈ ਢੰਗ ਦੇ ਨਾਲ ਮਾਰਚ ਕਰਨਗੇ ਤਾਂ ਜੋ ਰਾਸ਼ਟਰਪਤੀ ਨੂੰ ਜਿਹੜਾ ਆ ਰਾਜਪਾਲ ਦੇ ਰਾਹੀਂ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਜਿਸ ਨੂੰ ਅੱਜ ਸ਼ਾਂਤੀ ਮਈ ਢੰਗ ਦੇ ਨਾਲ ਨੇਪਰੇ ਚਾੜਾਇਆ ਜਾ ਰਿਹਾ ਲਗਾਤਾਰ ਬਣੇ ਰਹੋ ਹੋਰ ਵੀ ਤੁਹਾਨੂੰ ਪਲ-ਪਲ ਦੀ ਅਪਡੇਟ ਦਿੰਦੇ ਰਹਾਂਗੇ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਇਮਰਾਨ ਖਾਨ D5 ਚੈਨਲ ਪੰਜਾਬੀ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ ਟੀ5 ਚੈਨਲ ਪੰਜਾਬੀ ਤੇ